ਸਾਰੇ ਵੀਅਰਸ ਨੂੰ ਮੇਰਾ ਨਮਸਕਾਰ ਪਿਆਰੇ ਬੱਚਿਓ ਭਗਤ ਕਬੀਰ ਜੀ ਦਾ ਇੱਕ ਦੋ ਹੈ ਗੁਰੂ ਗੋਬਿੰਦ ਦੋ ਖੜੇ ਕਿਸਕੇ ਪਾਏ ਲਾਗੂ ਬਲਹਾਰੀ ਗੁਰੂ ਆਪਣੇ ਜਿਸ ਗੋਬਿੰਦਿਆ ਮਿਲਾਏ ਤੋ ਗੁਰੂ ਜੀ ਬਿਨਾ ਕਿਸੇ ਵੀ ਫੀਲਡ ਦੇ ਵਿੱਚ ਗਤੀ ਨਹੀਂ ਹੈ ਚਾਹੇ ਉਹ ਸਪੋਰਟਸ ਹੈ ਚਾਹੇ ਟੀਚਿੰਗ ਹੈ ਚਾਹੇ ਕੋਈ ਹੋਰ ਫੀਲਡ ਹੈ ਇੱਕ ਗੁਰੂ ਹੀ ਹੈ ਜੋ ਮਾਰਗ ਦਿਖਾਉਂਦਾ ਹੈ ਇਸ ਲਈ ਮੈਂ ਇਹ ਵੀਡੀਓ ਆਪਣੇ ਟੀਚਰਸ ਜਿਹੜੇ ਜਿਨ੍ਹਾਂ ਨੇ ਮੈਨੂੰ ਪੜਾਇਆ ਉਹਨਾਂ ਨੂੰ ਡੈਡੀਕੇਟ ਕਰਨ ਜਾ ਰਿਹਾ ਹਾਂ এডੂਕੇਸ਼ਨ ਮੇਰੀ ਲਗਭਗ ਸਾਰੀ এডੂਕੇਸ਼ਨ ਜਲੰਧਰ ਦੀ ਹੀ ਹੈ ਜੋ ਪ੍ਰਾਇਮਰੀ ਟੀਚਰ ਸੀ ਪ੍ਰਾਇਮਰੀ ਸਕੂਲ ਸੀਗਾ ਉਹ ਵੀ ਟੀਚਰਸ ਬਹੁਤ ਡੈਡੀਕੇਟਿਡ ਸੀਗੇ ਉਹਨਾਂ ਦੇ ਵਿੱਚ ਇੱਕ ਹਿੰਦੀ ਟੀਚਰ ਸੀਗਾ ਜਿਹੜਾ ਮੈਨੂੰ ਬਹੁਤ ਹੀ ਅੱਛੀ ਤਰ੍ਹਾਂ ਸਾਰੀ ਕਲਾਸ ਨੂੰ ਹੀ ਅੱਛੀ ਤਰ੍ਹਾਂ ਪੜਾਉਂਦਾ ਸੀ ਉਹ ਰੈਗੂਲਰ ਟੈਸਟ ਲੈਂਦਾ ਹੁੰਦਾ ਸੀ ਉਦੇ ਨਾਲ ਕੀ ਹੈ ਹਿੰਦੀ ਦਾ ਮੇਰੀ ਜਿਆਦਾ ਅੱਛੀ ਹੋ ਗਈ ਹਿੰਦੀ ਦੀ ਮੈਨੂੰ ਕਦੀ ਪ੍ਰੋਬਲਮ ਨਹੀਂ ਆਇਆ ਇਹ ਨਾਲ ਹਿੰਦੀ ਦੀ ਲਿਖਾਈ ਵੀ ਅੱਛੀ ਹੋ ਗਈ ਉਸ ਤੋਂ ਬਾਅਦ ਮਿਡਲ ਸਕੂਲ ਦੇ ਵਿੱਚ ਸਿੱਖ ਨੈਸ਼ਨਲ ਕੋ ਐਜੂਕੇਸ਼ਨ ਬ੍ਰਿਡਲ ਸਕੂਲ ਸੀ ਜਲੰਧਰੀ ਮਾਡਲ ਟਾਊਨ ਚ ਉਹ ਵੀ ਟੀਚਰ ਬਹੁਤ ਮਿਹਨਤੀ ਸੀਗੇ ਮੈਨੂੰ ਕੁਛ ਦੇ ਨਾਂ ਯਾਦ ਆ ਜਿੱਦਾਂ ਗੁਰਦਿਆਲਪੁਰ ਮੈਡਮ ਜੀ ਉਹ ਮੈਥ ਪੜ੍ਹਾਉਂਦੇ ਸੀਗੇ ਅਜਮੇਰ ਕੌਰ ਮੈਡਮ ਜੀ ਇੰਗਲਿਸ਼ ਪੜ੍ਹਾਉਂਦੇ ਸੀਗੇ ਸਰਲਾ ਮੈਡਮ ਜੀ ਹਿੰਦੀ ਪੜਾਉਂਦੇ ਸੀਗੇ ਔਰ ਮਨਜੀਤ ਕੌਰ ਮੈਡਮ ਜੀ ਡਰਾਇੰਗ ਪੜਾਉਂਦੇ ਸੀਗੇ ਇਹ ਸਾਰੇ ਟੀਚਰ ਬਾਕੀ ਵੀ ਟੀਚਰ ਉਹਨਾਂ ਦੇ ਜਿਨ੍ਹਾਂ ਦੇ ਮੈਨੂੰ ਅਜੇ ਨਾਮ ਨਹੀਂ ਆ ਰਹੇ ਮੇਰੇ ਦਿਮਾਗ 'ਚ ਉਹ ਵੀ ਬਹੁਤ ਮਿਹਨਤੀ ਸੀ। ਤੋਂ ਮੈਂ ਨਾ ਟੀਚਰ ਸਟਾਫ ਔਰ ਅੱਗੇ ਜੋ ਕਾਲਜ ਦੇ ਵਿੱਚ ਪੜ੍ਹਾਏ ਉਹ ਵੀ ਮੈਂ ਦੱਸਣਾ ਚਾਹੂੰਗਾ। ਇਹ ਸਾਰਿਆਂ ਦਾ ਹੀ ਮੈਂ ਬਹੁਤ ਹੀ ਥੈਂਕਫੁਲ ਹਾਂ ਕਿ ਜਿਨ੍ਹਾਂ ਨੇ ਮੈਨੂੰ ਇੱਕ ਜ਼ਿੰਮੇਵਾਰ ਇੱਕ ਅੱਛਾ ਨਾਗਰਿਕ ਬਣਾਇਆ। ਇਸ ਤੋਂ ਬਾਅਦ ਗਵਰਨਮੈਂਟ ਸੀਨੀਅਰ ਮਦਰ ਸਕੂਲ ਲਾਡੋ ਵਾਲੀ ਰੋਡ ਤੇ ਸੀਗਾ ਉਹ ਵੀ ਟੀਚਰ ਬਹੁਤ ਹੀ ਹਾਰਡ ਵਰਕਿੰਗ ਸੀ ਉੱਥੇ ਵਾਈਸ ਪ੍ਰਿੰਸੀਪਲ ਵਰਮਾ ਸਰ ਸੀਗੇ ਬਹੁਤ ਹੀ ਮਿਹਨਤੀ ਮੈਥ ਪੜ੍ਹਾਉਂਦੇ ਹੁੰਦੇ ਸੀਗੇ ਸਾਨੂੰ ਔਰ ਕੁਮਾਰ ਸਰ ਸਾਇੰਸ ਔਰ ਹਿੰਦੀ ਦੇ ਟੀਚਰ ਔਰ ਬਾਕੀ ਸਟਾਫ ਵੀ ਬਹੁਤ ਹੀ ਮਿਹਨਤੀ ਸੀ ਗੁਪਤਾ ਸਰ ਸਾਨੂੰ ਇੰਗਲਿਸ਼ ਪੜ੍ਹਾਉਂਦੇ ਹੁੰਦੇ ਸੀ ਲੋ ਸਾਰੀ ਕਲਾਸ ਨੂੰ ਹੀ ਬਹੁਤ ਅੱਛੀ ਢੰਗ ਨਾਲ ਉਹ ਪੜ੍ਹਾਉਂਦੇ ਰਹੇ ਨੇ ਜੀ ਔਰ ਬਹੁਤ ਹੀ ਡੈਡੀਕੇਟਿਡ ਟੀਚਰ ਸੀਗੇ ਸਾਰੇ ਇਸ ਤੋਂ ਬਾਅਦ ਦਾ ਸਫਰ ਫਿਰ ਡੀਏਵੀ ਕਾਲਜ ਜਲੰਧਰ ਦਾ ਸ਼ੁਰੂ ਹੋਇਆ ਜਿੱਥੇ ਮੈਂ ਪ੍ਰੀ ਯੂਨੀਵਰਸਿਟੀ ਦੇ ਵਿੱਚ ਕਰੀਬ 1979 ਦੇ ਵਿੱਚ ਐਡਮਿਸ਼ਨ ਲਈ ਸੀ ਔਰ ਪ੍ਰੀ ਯੂਨੀਓਥ ਬੀਐਸਸੀ ਮੈਂ ਡੀਏਵੀ ਕਾਲਜ ਜਲੰਧਰ ਦੇ ਵਿੱਚੋਂ ਕੀਤੀ ਹੈ ਔਰ ਉਹ ਟੀਚਰਸ ਔਰ ਪ੍ਰੋਫੈਸਰਸ ਇੰਨੇ ਹੀ ਜ਼ਿਆਦਾ ਮਿਹਨਤੀ ਡੈਡੀਕੇਟਿਡ ਹੋਰ ਓਵਰਟਾਈਮ ਵੀ ਲਗਾਉਂਦੇ ਸੀ ਉਹ ਉਸ ਵਕਤ ਦੋ ਕਲਾਸਾਂ ਹੁੰਦੀਆਂ ਸੀ ਜਿੱਦਾਂ ਪ੍ਰੈਪ ਜਿੱਦਾਂ ਤੁਸੀਂ ਪਲੱਸ 1 ਹੈ ਉੱਥੇ ਪ੍ਰੈਪ ਸੀਗੀ ਪਹਿਲਾਂ ਪ੍ਰੀ ਯੂਨੀਵਰਸਿਟੀ ਕਹਿ ਦਿੰਦੇ ਸੀ ਫਿਰ ਅੱਗੋਂ ਪ੍ਰੀ ਇੰਜੀਨੀਅਰਿੰਗ ਫਿਰ ਬੀਐਸਸੀ ਸੈਕੰਡ ਇਅਰ ਫਾਈਨਲ ਇਦਾਂ ਕਲਾਸਾਂ ਸੀਗੀਆਂ ਬੀਐਸਸੀ ਉੱਥੋਂ ਹੀ ਕਿ ਲਗਭਗ 1 ਸਾਲ ਮੈਂ ਉੱਥੇ ਐਮਐਸਸੀ ਪਾਰਟ 1 ਦਾ ਲਗਾਇਆ ਮੈਥ ਦਾ ਤਾਂ ਉਹ ਟੀਚਰ ਵੀ ਬਹੁਤ ਹੀ ਜ਼ਿਆਦਾ ਹਾਰਡ ਵਰਕਰ ਔਰ ਉਹਨਾਂ ਦੇ ਨਾਮ ਵੀ ਮੈਂ ਹੁਣੇ ਲਊਂਗਾ ਕੁਝ ਟੀਚਰ ਦੇ ਜਿੰਨੇ ਕੁ ਮੈਨੂੰ ਯਾਦ ਹੈ ਔਰ ਮੈਨੂੰ ਯਾਦ ਹੈ ਜਦੋਂ ਪ੍ਰੀ ਇੰਜੀਨੀਅਰਿੰਗ ਦੀ ਕਲਾਸ ਸੀਗੀ ਮੇਰੀ ਸਾਡੀ ਮੇਰੀ ਉਸ ਵਕਤ ਮੈਥ ਦੇ ਟੀਚਰ ਖਾਸ ਕਰਕੇ ਓਵਰ ਟਾਈਮ ਲਗਾਉਂਦੇ ਹੁੰਦੇ ਸੀਗੇ 9 ਵਜੇ ਸਕੂਲ ਲੱਗਦਾ ਸੀ ਸਵਾ 8 ਵਜੇ ਸਾਨੂੰ ਬੁਲਾ ਲਿਆ ਜਾਂਦਾ ਸੀ ਔਰ ਓਵਰ ਟਾਈਮ ਲਗਾ ਕੇ ਪੂਰੀ ਮੈਂਤ ਨਾਲ ਔਰ ਕੁਐਸਚਨ ਅੱਛੀ ਤਰ੍ਹਾਂ ਸਮਝਾਏ ਜਾਂਦੇ ਸੀਗੇ ਉਹਨਾਂ ਟੀਚਰਸ ਦੇ ਮੈਂ ਕੁਝ ਨਾਮ ਲੈਣਾ ਚਾਹਨਾ ਪ੍ਰਦੀਪ ਸਰ ਸੀ ਬਹੁਤ ਹੀ ਅੱਛੇ ਕੈਮਿਸਟਰੀ ਦੇ ਪ੍ਰੋਫੈਸਰ ਜੇ ਪ੍ਰੀ ਯੂਨੀਵਰਸਿਟੀ ਜੀ ਸਾਨੂੰ ਪੜ੍ਹਾਉਂਦੇ ਸੀ ਪ੍ਰੈਪ ਦੇ ਵਿੱਚ ਰਮੇਸ਼ ਕੁਮਾਰ ਮੈਥ ਐਕਸਟਰਾ ਆਰਡੀਨਰੀ ਬ੍ਰੇਨ ਸੀਗਾ ਇਹਨਾਂ ਦਾ ਇਹ ਵੀ ਮੈਥ ਪੜ੍ਹਾਉਂਦੇ ਸੀ ਬਹੁਤ ਹੀ ਅੱਛੇ ਟੀਚਰ ਫਿਰ ਪੁਰਾਨਾ ਪ੍ਰੋਫੈਸਰ ਪੁਰਾਨਾ ਇਹ ਸਾਨੂੰ ਫਿਜ਼ਿਕਸ ਪੜ੍ਹਾਉਂਦੇ ਸੀ ਪ੍ਰੈਪ ਦੇ ਵਿੱਚ ਬੀਬੀ ਨਾਇਰ ਇਹ ਪ੍ਰੀ ਇੰਜੀਨੀਅਰਿੰਗ ਪੜਾਉਂਦੇ ਰਹੇ ਆ ਪੀ ਕੇ ਨਾਇਰ ਐਨ ਕੇ ਦਾਸ ਬੀ ਐਸ ਸੀ ਦੇ ਵਿੱਚ ਪੜਾਉਂਦੇ ਰਹੇ ਨੇ ਇਹ ਡੀ اے ਵੀ ਕਾਲਜ ਦੇ ਪ੍ਰੋਫੈਸਰਸ ਬਹੁਤ ਹੀ ਐਕਸਲੈਂਟ ਕੋਲੀ ਸਰ ਮੈਥ ਦੇ টি ਆਰ ਨਾਗਪੁਰ ਬਹੁਤ ਹੀ ਅੱਛੇ ਟੀਚਰ ਪੀ ਐਨ ਗਾਬਾ ਐਕਸਲੈਂਟ ਟੀਚਰ ਸਾਰੇ ਐਕਸਲੈਂਟ ਟੀਚਰ ਸੀ ਇਸ ਤੋਂ ਬਾਅਦ ਫਿਜ਼ਿਕਸ ਡਿਪਾਰਟਮੈਂਟ ਬਹੁਤ ਹੀ ਅੱਛਾ ਐਫ ਸੀ ਸ਼ਰਮਾ ਗੁਗਲਾਨੀ ਸਰ ਚਟਲੇ ਸਰ ਸਾਨੂੰ ਕੁਆਂਟਮ ਫਿਜ਼ਿਕਸ ਪੜਾਉਂਦੇ ਸੀ ਉਸ ਵਕਤ ਜਿਹੜੇ ਪ੍ਰਿੰਸੀਪਲ ਸੀ ਸੀ ਐਲ ਅਰੋੜਾ ਬਹੁਤ ਹੀ ਅੱਛੇ სპੋਰਟਿੰਗ ਪ੍ਰਿੰਸੀਪਲ ਔਰ ਸਿਤਿਆ ਸਰ ਵੀ ਮੈਥ ਦੇ ਟੀਚਰ ਸੀ ਬਾਕੀ ਕੈਮਿਸਟਰੀ ਡਿਪਾਰਟਮੈਂਟ ਵੀ ਬਹੁਤ ਹੀ ਵਧੀਆ ਸੀ ਮੈਨੂੰ ਉਹਨਾਂ ਦੇ ਇੰਨੇ ਨਾਮ ਨਹੀਂ ਯਾਦ ਵੀ ਕੇ ਕੋਲੀ ਸਰ ਵੀ ਸੀਗੇ ਜੋ ਮੈਥ ਦੇ ਉਹ ਵੀ ਸਾਨੂੰ ਪੜਾਉਂਦੇ ਰਹੇ ਨੇ ਬੀ ਐਸ ਸੀ ਦੇ ਵਿੱਚ ਉਸ ਜਿਹੜੇ ਪਾਸ ਕੀਤੀ ਹੈ ਡੀਏਵੀ ਕਾਲਜ ਦੇ ਵਿੱਚ ਉਹ ਮੈਂ ਦੱਸਣ ਜਾ ਰਿਹਾ ਜੋ ਪੜਾਉਂਦੇ ਸੀਗੇ ਸਭ ਤੋਂ ਪਹਿਲਾ ਕੰਮ ਸੀ ਉਹਨਾਂ ਨੇ ਜੇ ਕੋਈ ਵੀ ਟਾਪਿਕ ਲਿਆ ਉਹਨੂੰ ਅੱਛੀ ਤਰ੍ਹਾਂ ਪਹਿਲਾਂ ਸਮਝਾਉਣਾ ਬਲੈਕਬੋਰਡ ਤੇ ਸਮਝਾਉਣ ਤੋਂ ਬਾਅਦ ਉਹਨਾਂ ਨੇ ਉਹਨੋ ਹੀ ਨੋਟਸ ਲਿਖਾ ਦੇਨੇ ਉਹ ਹੀ ਨੋਟਸ ਸੀ ਅਸੀਂ ਪੜ੍ਹ ਲੈਣੇ ਕੋਈ ਐਕਸਟਰਾ ਟਿਊਸ਼ਨ ਦੀ ਲੋੜ ਨਹੀਂ ਪੈਣੀ ਐਕਸਟਰਾ ਕਿਤੇ ਬੁੱਕਾਂ ਬੁੱਕਸ ਨੰਮੈਰਿਕਲਸ ਲਈ ਦੇਖਣੀ ਪੈਂਦੀ ਸੀਗੀ ਔਰ ਇੰਨੀ ਅੱਛੀ ਤਰ੍ਹਾਂ ਯਾਦ ਹੋ ਜਾਂਦਾ ਸੀ ਕਿ ਸਾਨੂੰ ਫਿਰ ਘਰ ਮਿਹਨਤ ਘਟ ਕਰਨੀ ਪੈਂਦੀ ਸੀਗੀ ਉਹਦੇ ਬਾਰੇ ਔਰ ਪ੍ਰੈਕਟੀਕਲ ਬਹੁਤ ਹੀ ਅੱਛੇ ਢੰਗ ਨਾਲ ਕਰਾਏ ਜਾਂਦੇ ਸੀ ਤਿੰਨ ਪੀਰੀਅਡਸ ਪ੍ਰੈਕਟੀਕਲ ਦੇ ਹੁੰਦੇ ਸੀ ਔਰ ਇਹਨਾਂ ਦਾ ਪੜਾਇਆ ਅੱਜ ਵੀ ਮੈਨੂੰ ਯਾਦ ਹੈ ਦੇਖ ਲਓ ਕਿੰਨੇ ਸਾਲ ਹੋ ਗਏ ਆ ਹੁਣ ਮੇਰੀ ਉਮਰ 60 ਦੇ ਕਰੀਬ ਹੋ ਚੱਲੀ ਹੈ ਔਰ ਅਜੇ ਤੱਕ ਵੀ ਜਦੋਂ ਮੈਂ ਪਲੱਸ 1 ਪਲੱਸ 2 ਦੀਆਂ ਬੁੱਕਸ ਦੇਖਦਾ ਸਾਇੰਸ ਮੈਥ ਦੀਆਂ ਤਾਂ ਉਹਨਾਂ ਦੇ ਪੜਾਏ ਜੋ ਇੰਪ੍ਰੈਸ਼ਨ ਸੀਗੇ ਟੌਪਿਕਸ ਸੀ ਉਹ ਮੇਰੇ ਸਾਹਮਣੇ ਇੱਕਦਮ ਆ ਜਾਂਦੇ ਨੇ ਇਸੇ ਕਰਕੇ ਮੈਂ ਪਲੱਸ 2 ਦੀਆਂ ਜੋ ਵੀਡੀਓਜ਼ ਐ ਮੈਨੂੰ ਕੋਈ ਡਿਫਿਕਲਟੀ ਨਹੀਂ ਹੋਈ ਬਣਾਉਣ ਦੇ ਵਿੱਚ ਕਿਉਂਕਿ ਉਹ ਟੌਪਿਕ ਮੇਰੇ ਸਾਹਮਣੇ ਜੋ ਮੈਨੂੰ ਪੜਾਇਆ ਸੀ ਉਹ ਬੇਸਿਕਸ ਤਾਂ ਉਹੀ ਸੀਗੇ ਮਾਈਨਰ ਚੇਂजेस ਹੈਗੀਆਂ ਸੀਗੀਆਂ ਤਾਂ ਉਹ ਮੈਨੂੰ ਕੋਈ ਡਿਫਿਕਲਟੀ ਨਹੀਂ ਹੋਈ ਡਿਫਰੈਂਸ਼ੀਏਸ਼ਨ ਚਾਹੀ ਇੰਟੀਗ੍ਰੇਸ਼ਨ ਚਾਹੀ ਆ ਫਿਜ਼ਿਕਸ ਹੈ ਮੈਨੂੰ ਗਰਵ ਹੈ ਕਿ ਮੈਨੂੰ ਇਸ ਇੰਸਟੀਟਿਊਟ ਦੀ ਵਿੱਚ ਪੜਨ ਦਾ ਮੈਨੂੰ ਮੌਕਾ ਮਿਲਿਆ ਡੀਵੀ ਕਾਲਜ ਜਲੰਧਰ ਇਜ਼ ਅ ਵਨ ਆਫ ਦਾ ਬੈਸਟ ਕਾਲਜ ਫॉर ਦਾ ਓਵਰਆਲ ਡਵੈਲਪਮੈਂਟ ਆਫ ਸਟੂਡੈਂਟਸ ਬਾਏ ਆਰਗੇਨਾਈਜ਼ਿੰਗ ਕਰਿਕੂਲਰ ਐਕਟੀਵਿਟੀਜ਼ ਸਪੋਰਟਸ ਯੂਥ ਫੈਸਟੀਵਲ ਐਟ ਸੈਕਟਰਾ ਓਵਰਆਲ ਡਵੈਲਪਮੈਂਟ ਸਟੂਡੈਂਟਸ ਦੀ ਉਥੇ ਕੀਤੀ ਜਾਂਦੀ this college provide good environment for study have good library having open shelf system library bahut hi achhi sigi jaddo vi tora vacant period hunda odo library chal jande utthe padde rehnde jedi marzi book tusi le sakde professor class de vich puri taiyari naal launde puri energy naal masterful honde apne subject matter te main bsc usse college to hi kiti msc part 1 da ik saal utthe lagaya siga ਇਸ ਤੋਂ ਬਾਅਦ ਮੈਂ बीएड ਕੀਤੀ बीएड ਦੇ ਵਿੱਚ ਨੰਦਾ ਸਰ ਸੀਗੇ ਜਿੰਨੋਂ ਦਾ ਹੀ ਨਾਮਜਾਦ ਆ ਬਹੁਤ ਹੀ ਅੱਛੇ ਪ੍ਰੋਫੈਸਰ ਗਵਰਨਮੈਂਟ ਟ੍ਰੇਨਿੰਗ ਕਾਲਜ ਜਿਲੌਰ ਬਹੁਤ ਹੀ ਹਾਰਡ ਵਰਕਰ ਉਹ ਟੀਚਰ ਸੀਗੇ ਕਾਲਜ ਲੈਵਲ ਤੇ ਜਿਹਾ ਇਦਾਂ ਕਈ ਵੀ ਪਲੱਸ 1 ਪਲੱਸ 2 ਤੋਂ ਅੱਗੇ ਜਿੰਨੀ ਵੀ ਸਟੱਡੀ ਹੈ ਮੋਸਟਲੀ ਲੈਕਚਰ ਮੈਥਡ ਨਾਲ ਹੁੰਦੀ ਹੈ ਲੈਕਚਰ ਮੈਥਡ ਜੇਕਰ ਟਾਪਿਕ ਨੂੰ अच्छी ਤਰ੍ਹਾਂ ਸਮਝਾ ਕੇ ਨਾਲ ਹੀ ਲਿਖਾ ਦਿੱਤਾ ਜਾਵੇ ਜਾਂ ਕੋਈ ਕੁਐਸਚਨ ਆ टॉपिक मैथ ਦਾ ਹੀ ਹੈ ਉਸ ਨੂੰ اچھی طرح ਸਮਝਾ ਕੇ ਫਿਰ ਨਾਲ ਹੀ ਕਰਾ ਦਿੱਤਾ ਜਾਵੇ ਤਾਂ ਬੱਚਾ اچھی طرح ਸਮਝਦਾ ਇੱਕ ਵਾਰ ਮੇਰਾ ਫਿਰ ਆਪਣੇ ਟੀਚਰਸ ਦੇ ਪ੍ਰਤੀ ਥੈਂਕਸ ਆਮ ਵੈਰੀ ਥੈਂਕਫੁਲ ਟੂ ਮਾਈ ਡੈਡੀਕੇਟਿਡ ਲਵਿੰਗ ਟੀਚਰਸ ਪ੍ਰੋਫੈਸਰਸ Who taught me in a marvelous way Thank you very much.